ਹੈਲੋ ਜੀ, ਮੇਰਾ ਨਾਮ ਮੌਜੂਦ ਨੇ, ਫਿਲਮ ਜੋਰਾ ਦੇ ਸੈਕਿੰਡ ਚੈਪਟਰ ਦਾ ਡਾਇਰੈਕਟਰ ਸਾਹਿਬ ਅਮਰਦੀਪ ਗਿੱਲ ਸਰ, ਕੀ ਹਾਲ ਚਾਲ ਹੈ? ਬਹੁਤ ਅੱਛਾ ਜੀ, ਬਹੁਤ ਵਧੀਆ। ਅਤੇ ਸਰ ਭਾਵੁਕ ਹੋ ਗਏ ਥੋੜ੍ਹੇ ਜਿਹੇ ਹੁਣ ਐਂਡ ਦੇ ਵਿੱਚ, ਅਤੇ ਫਿਲਮ ਨੂੰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ, ਕੀ ਕਹਿਣਾ ਚਾਹੂੰਗੇ ਔਡੀਅੰਸ? ਮੈਂ ਥੋੜ੍ਹਾ ਜਿਹਾ ਭਾਵੁਕ ਨਹੀਂ ਹੋਇਆ, ਮੈਂ ਬਹੁਤ ਭਾਵੁਕ ਹਾਂ, ਮੈਂ ਹਮੇਸ਼ਾ ਭਾਵੁਕ ਰਹਿੰਦਾ। ਮੈਂ ਕਦੋਂ ਵੀ ਕਿਸੇ ਵੀ ਰੂਪ ਦੇ ਵਿੱਚ ਮੈਂ ਜਿਹੜਾ ਹੈ ਇਮੋਸ਼ਨ ਦੇ ਨਾਲ ਮੈਂ ਜੁੜ ਜਾਂਦਾ, ਕਿਉਂਕਿ ਮੈਂ ਬੇਸਿਕਲੀ ਕ੍ਰੀਏਟਰ ਹਾਂ, ਮੈਂ ਲੇਖਕ ਹਾਂ, ਮੈਂ ਡਾਇਰੈਕਟਰ ਹਾਂ, ਮੈਂ ਮੇਰਾ ਵਾਸਤਾ ਹੀ ਭਾਵਨਾ ਦੇ ਨਾਲ ਆ। ਜੇ ਮੈਂ ਭਾਵਕ ਨਾ ਹੋਵਾਂ ਤਾਂ ਮੈਂ ਸ਼ਾਇਦ ਇੱਦਾਂ ਦੇ ਡਾਇਲੋਗ, ਇੱਦਾਂ ਦੀਆਂ ਫਿਲਮਾਂ, ਇੱਦਾਂ ਦੇ ਰਿਲੇਸ਼ਨ ਆ ਜਿਹੜੇ ਸਿਨੇਮਾ ਦੇ ਵਿੱਚ ਕਰੈਕਟਰਾਂ ਦੇ, ਉਹ ਨਾ ਬਣਾ ਸਕਾਂ। ਪਹਿਲਾਂ ਮੈਂ ਗੀਤਕਾਰ ਹਾਂ, ਸ਼ਾਇਰ ਹਾਂ, ਕਵੀ ਹਾਂ ਅਤੇ ਇਨਸਾਨ ਵੀ ਹਾਂ, ਥੋੜ੍ਹਾ ਜਿਹਾ ਚੰਗਾ ਇਨਸਾਨ ਹਾਂ। ਇਸ ਕਰਕੇ ਭਾਵਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਫਿਲਮ ਲੋਕਾਂ ਨੂੰ ਪਸੰਦ ਆ ਰਹੀ ਹੈ, ਇਹ ਮੇਰੇ ਲਈ ਸਭ ਤੋਂ ਵੱਡੀ ਕਮਾਈ ਹੈ। ਉਹੀ ਮੈਂ ਪਹਿਲਾਂ ਕਹਿ ਕੇ ਹਟਿਆ ਸੀ ਕਿ ਜਦੋਂ ਕੋਈ ਬੰਦਾ ਮੈਨੂੰ ਇਹ ਕਹਿ ਦੇ ਕਿ ਬਾਈ ਤੂੰ ਸਿਰਾ ਲਾ ਤਾ, ਫਿਰ ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਹੁੰਦਾ। ਇਹ ਤਾਂ ਸਾਰੇ ਲੋਕ ਕਹਿ ਹੀ ਰਹੇ ਨੇ ਵੀ ਸਿਰਾ ਲਾ ਤਿਆ, ਅਤੇ ਸਰ ਮੈਂ ਸਟਾਰਕਾਸਟ ਦੀ ਅਗਰ ਗੱਲ ਕਰਾਂ, ਬੜੇ ਚੁਣ ਚੁਣ ਕੇ ਲੈ ਕੇ ਆਏ ਨੇ, ਕਿਵੇਂ ਲੱਭੇ ਸਾਰੇ ਜਣੇ ਅਤੇ ਕਿਵੇਂ ਸੋਚਿਆ ਕਿ ਇਹ ਰੋਲ ਇਹਨਾਂ 'ਤੇ ਫਿੱਟ ਬੈਠੂ? ਮੈਂ ਜਦੋਂ ਫਿਲਮ ਲਿਖੀ ਸੀ, ਜਦੋਂ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇਹਦੇ 'ਚ ਜੋਰਾ ਕੌਣ ਹੋਊਗਾ, ਦੀਪ ਸਿੱਧੂ ਨੂੰ ਵੀ ਨਹੀਂ ਸੀ ਮੈਂ ਜਾਣਦਾ ਉਸ ਵਕਤ ਹੀ, ਜਿਸ ਤਰ੍ਹਾਂ ਕਿ ਮੈਂ ਹੌਬੀ ਬਾਈ ਮੇਰੇ ਸੀਨੀਅਰ ਨੇ ਯੂਨੀਵਰਸਿਟੀ ਦੇ, ਮੈਂ ਉਦੋਂ ਹੀ ਸੋਚ ਲਿਆ ਸੀ ਕਿ ਹੌਬੀ ਬਾਈ ਦੇ ਉਦੋਂ ਦਾੜੀ ਚਿੱਟੀ ਹੋਣੀ ਸ਼ੁਰੂ ਹੋ ਗਈ ਸੀ ਕਿ ਹੌਬੀ ਬਾਈ ਜਿਹੜੇ ਉਹ ਤੇਜਾ ਔਲਖ ਦਾ ਕਰੈਕਟਰ ਕਰਨਗੇ, ਅਤੇ ਇਸੇ ਹੀ ਤਰ੍ਹਾਂ ਫਿਰ ਮੈਂ ਕਰਦੇ ਕਰਦੇ ਸਰਦਾਰ ਸੋਹੀ ਵੱਡੇ ਭਰਾ ਨੇ ਮੇਰੇ, ਮੈਂ ਬਹੁਤ ਪਿਆਰ ਕਰਦਾ ਉਹਨਾਂ ਨੂੰ, ਉਹ ਮੈਂ ਬਘੇਲ ਸਿੰਘ ਦਾ ਕਰੈਕਟਰ ਸੋਚ ਲਿਆ ਸੀ। ਇੱਦਾਂ ਹੀ ਆਸ਼ੀਸ਼ ਭਾਅ ਜੀ ਥੀਏਟਰ ਦੇ ਆਰਟਿਸਟ ਨੇ ਮੇਰੇ, ਬਹੁਤ ਪਿਆਰੇ ਭਰਾ ਨੇ, ਉਹਨਾਂ ਨੂੰ ਮੈਂ ਜਵਾਲਾ ਚੌਧਰੀ ਸੋਚਿਆ। ਯਾਦ ਗਰੇਵਾਲ ਮੈਂ ਇੱਕ ਬਿਲਕੁਲ ਡਿਫਰੈਂਟ ਰੋਲ 'ਚ, ਕਿਉਂਕਿ ਯਾਦ ਅਕਸਰ ਤੁਹਾਨੂੰ ਨੈਗੇਟਿਵ ਰੋਲ 'ਚ ਮਿਲਦਾ, ਮੈਂ ਉਹਨੂੰ ਬਹੁਤ ਪੋਜ਼ਿਟਿਵ ਰੋਲ ਦੇਣਾ ਸੀਗਾ, ਇਸ ਕਰਕੇ ਮੈਂ ਉਹਨੂੰ ਦੀਪਾ ਬਣਾਇਆ। ਸਾਡੀ ਹੀ ਥੀਏਟਰ ਦੀ ਕੁੜੀ ਆ ਬਠਿੰਡੇ ਤੋਂ, ਕੁੱਲ ਸਿੱਧੂ, ਉਹਦੇ ਲਈ ਮੈਨੂੰ ਪਤਾ ਸੀ ਕਿ ਉਹ ਕਾਲੀ ਦਾ ਕਰੈਕਟਰ ਕਰੂਗੀ, ਕਿਉਂਕਿ ਉਹ ਦੀਪਾ, ਕਾਲੀ ਅਤੇ ਜੋਰਾ ਇਹ ਤਿੰਨ ਹੀ ਕਰੈਕਟਰ ਨੇ ਜਿਹੜੇ ਫਸਟ ਫਿਲਮ ਤੋਂ ਲੈ ਕੇ ਜਿਹੜੀ ਥਰਡ ਫਿਲਮ ਹੋਊਗੀ ਉਹਦੇ ਐਂਡ ਤੱਕ ਇਹਨਾਂ ਦੀ ਜਰਨੀ ਹੈ ਤਿੰਨ ਕਰੈਕਟਰਾਂ ਦੀ। ਅਤੇ ਬਾਕੀ ਧਰਮ ਭਾਅ ਜੀ ਤਾਂ ਸਾਨੂੰ ਚਾਹੀਦੇ ਸੀ, ਉਹਦੇ ਲਈ ਇੱਕ ਬਹੁਤ ਵੱਡੀ ਪਰਸਨੈਲਿਟੀ ਚਾਹੀਦੀ ਸੀ, ਕਿਉਂਕਿ ਉਹਨਾਂ ਦੇ ਮੂੰਹੋਂ ਅਸੀਂ ਗੱਲਾਂ ਬਹੁਤ ਵੱਡੀਆਂ ਬੁਲਾਉਣੀਆਂ ਨੇ, ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ, ਜਾਂ ਇਹ ਲੜਾਈ 'ਚ ਹਥਿਆਰਾਂ ਨਾਲੋਂ ਜ਼ਿਆਦਾ ਯਕੀਨ ਹੱਥਾਂ 'ਤੇ ਕਰੀਦਾ, ਕਿਉਂਕਿ ਹਥਿਆਰ ਤਾਂ ਹੱਥ ਬਦਲਦੀ, ਆਪਣੀ ਵਫਾਦਾਰੀ ਬਦਲ ਲੈਂਦੇ ਆ। ਇਹ ਗੱਲ ਧਰਮ ਜੀ ਕਹਿਣ ਤਾਂ ਤੁਹਾਨੂੰ ਸਮਝ ਆ ਜੂਗੀ, ਇਸ ਕਰਕੇ ਮੈਨੂੰ ਧਰਮ ਜੀ ਚਾਹੀਦੇ ਸੀ। ਐਤਕੀ ਮੈਨੂੰ ਮਾਹੀ ਗਿੱਲ ਚਾਹੀਦੇ ਸੀਗੇ, ਮੈਂ ਉਹਨਾਂ ਤੋਂ ਰੋਲ ਕਰਵਾਇਆ, ਜਪਜੀ ਖਹਿਰਾ ਤੋਂ ਕਰਵਾਇਆ, ਔਰ ਖਾਸ ਤੌਰ 'ਤੇ ਜਿਹੜਾ ਮੈਨੂੰ ਕਰੈਕਟਰ ਚਾਹੀਦਾ ਸੀ ਇੱਕ ਇਸ ਕਿਸਮ ਦੀ ਲੁੱਕ, ਜਿਹਨੂੰ ਕਹਿੰਦੇ ਹੁੰਦੇ ਆ ਵਿਗੜਿਆ ਵਿਆ ਮੁੰਡਾ, ਉਹ ਮੈਨੂੰ ਸਿੰਘਾ ਚਾਹੀਦਾ ਸੀ। ਸਿੰਘਾ ਨੂੰ ਮੈਂ ਜਾਣਦਾ ਨਹੀਂ ਸੀ ਕਿ ਸਿੰਗਰ ਆ, ਮੇਰੇ ਬੇਟੇ ਨੇ ਮੈਨੂੰ ਇੱਕ ਫੋਟੋ ਦਿਖਾਈ ਸੀ, ਉਦੋਂ ਮੈਂ ਇਹਨਾਂ ਦਾ ਕੋਈ ਗਾਣਾ ਵੀ ਨਹੀਂ ਸੀ ਸੁਣਿਆ, ਮੈਨੂੰ ਲੁੱਕ ਚਾਹੀਦੀ ਸੀ। ਬਾਕੀ ਜਿੰਨੇ ਕਰੈਕਟਰ ਨੇ, ਚਾਹੇ ਪਾਲੀ ਆ ਚਾਹੇ ਅੰਬੀ ਆ, ਇਹ ਮੈਂ ਬਹੁਤ ਪਹਿਲਾਂ ਦੇ ਆਡੀਸ਼ਨ ਲੈ ਕੇ, ਤੁਸੀਂ ਤਾਂ ਪਤਾ ਹੀ ਆ ਤੁਹਾਨੂੰ ਕਿ ਮੈਂ ਆਡੀਸ਼ਨ ਲੈ ਕੇ ਹੀ ਇਹ ਸਾਰੇ ਕਰੈਕਟਰ ਚੁਣੇ। ਹਰ ਭਗਵਾਨ, ਪੰਮੀ ਮਹੰਤ, ਇਹ ਸਾਰੇ ਥੀਏਟਰ ਦੇ ਜਿੰਨੇ ਵੀ ਕਰੈਕਟਰ ਨੇ, ਮੈਨੂੰ ਬਹੁਤ ਤੁਹਾਨੂੰ ਵੀ ਚੰਗਾ ਲੱਗਿਆ। ਇੱਕ ਔਰਤ ਦਾ ਕਰੈਕਟਰ ਆ ਸਤਵਿੰਦਰ ਮੈਡਮ ਨੇ ਕੀਤਾ, ਜਿਹੜਾ ਜਿਹੜੀ ਰੋ ਕੇ ਦੱਸਣ ਆਉਂਦੀ ਆ ਜੋਰੇ ਨੂੰ ਆਪਦੇ ਬੇਟੇ ਦਾ ਦੁੱਖ, ਉਹ ਮੈਨੂੰ, ਕਿਉਂਕਿ ਮੈਂ ਜੁੜਿਆ ਰਹਿਣਾ ਥੀਏਟਰ ਨਾਲ ਜੁੜਿਆ ਹੋਇਆ, ਮੈਂ ਸਾਰੇ ਮੇਰੇ ਦਿਮਾਗ 'ਚ ਰਹਿੰਦੇ ਨੇ, ਉਹ ਫਿਰ ਮੈਂ ਕਿੱਥੋਂ ਕਿੱਥੋਂ, ਮਤਲਬ ਦਵਿੰਦਰ ਪੁਰਬਾ ਮੈਂ ਜਥੇਦਾਰ ਦੇ ਰੋਲ ਲਈ ਆਡੀਸ਼ਨ ਲਿਆ, ਚੰਡੀਗੜ੍ਹ ਆਡੀਸ਼ਨ ਲਿਆ, ਜਦੋਂ ਕਿ ਉਹ ਮਲੋਟ ਦੇ ਰਹਿਣ ਵਾਲੇ ਨੇ, ਉਹ ਮੈਨੂੰ ਇੱਥੇ ਮਿਲੇ, ਹੈ ਨਾ। ਅੰਬੀ ਮੈਂ ਪਹਿਲੀ ਫਿਲਮ ਵੇਲੇ ਪਹਿਲੀ ਵਾਰ ਲਿਆ ਸੀ, ਯਾਰ ਜਿਗਰੀ ਕਸੂਤੀ ਡਿਗਰੀ ਤੋਂ ਬਾਅਦ, ਉਹ ਯਾਰ ਜਿਗਰੀ ਕਸੂਤੀ ਡਿਗਰੀ ਬਾਅਦ 'ਚ ਆਇਆ, ਉਹ ਤੋਂ ਪਾਪੂਲਰ ਹੋ ਗਿਆ, ਪਰ ਉਦੋਂ ਪਹਿਲਾਂ ਮੈਂ ਲਿਆ ਸੀ ਉਹਨੂੰ ਜੋਰਾ ਦੇ ਵਿੱਚ। ਇਸ ਕਰਕੇ ਮੈਂ ਬੜੀ ਮਿਹਨਤ ਨਾਲ ਇਹ ਸਾਰਾ ਕੁਛ ਕਰਦਾ ਕਿ ਜਿਹੜਾ ਯੋਗ ਬੰਦੇ ਨੇ ਉਹਨਾਂ ਤੱਕ ਹੀ, ਉਹਨਾਂ ਨੂੰ ਹੀ ਰੋਲ ਉਹ ਮਿਲ। ਥਰਡ ਚੈਪਟਰ ਦੀ ਅਨਾਊਂਸਮੈਂਟ ਵੀ ਹੋ ਚੁੱਕੀ ਹੈ ਸਰ ਐਂਡ ਦੇ ਵਿੱਚ, ਫੋਰਥ ਆਊਗਾ ਕਿ ਥਰਡ 'ਚ ਖਤਮ ਕਰ ਦੇਣਾ? ਇਹ ਥਰਡ ਇਹ ਟ੍ਰਾਇਲੋਜੀ ਆ। ਜਿਸ ਟਾਈਮ ਮੈਂ ਫਿਲਮ ਸ਼ੁਰੂ ਕੀਤੀ ਸੀ ਸੋਚਣੀ, ਜਾਂ ਮੈਂ ਲਿਖਣੀ ਸ਼ੁਰੂ ਕੀਤੀ ਸੀ, ਮੈਂ ਉਦੋਂ ਹੀ ਸੋਚ ਲਿਆ ਸੀ ਕਿ ਇਹ ਫਿਲਮ ਤਿੰਨ ਪਾਰਟ ਦੇ ਵਿੱਚ ਬਣੂਗੀ। ਜਿਸ ਤਰ੍ਹਾਂ ਵੀ ਵੱਡੀਆਂ ਫਿਲਮਾਂ ਹਾਲੀਵੁੱਡ ਦੀਆਂ ਜਾਂ ਵਰਲਡ ਦੀਆਂ ਜਿਹੜੀਆਂ ਵੱਡੀਆਂ ਫਿਲਮਾਂ ਨੇ, ਉਹ ਅਕਸਰ ਟ੍ਰਾਇਲੋਜੀ ਹੁੰਦੀ ਆ, 1 2 3 1 2 3, ਮਤਲਬ 1 2 3,
ਇਹ 뮤직 ਦੇ ਵਿੱਚ ਵੀ ਤਰਕਟ ਆ ਇਹ ਬਿਲਕੁਲ ਹੈ ਨਾ ਤਾਂ ਇਹਦੇ ਨਾਲ ਰਿਦਮ ਪੂਰਾ ਹੁੰਦਾ ਤੇ ਤੀਸਰਾ ਪਾਰਟ ਆ ਜਿਹੜਾ ਉਹ ਜੋਰਾ ਦਾ ਆਖਰੀ ਪਾਰਟ ਹੋਊਗਾ ਉਹ ਮੈਂ ਸੋਚੀ ਹੋਈ ਹੈ ਹੁਣ ਨਹੀਂ ਸੋਚਿਆ ਉਹ ਜਦੋਂ ਮੈਂ ਕੋਈ ਜੋਰਾ ਨਹੀਂ ਸੀ ਬਣਾਈ ਉਹ ਤੋਂ ਪਹਿਲਾਂ ਹੀ ਸੋਚਿਆ ਸੀ ਕਿ ਜੋਰਾ 3 ਪਾਰਟ ਦੇ ਵਿੱਚ ਬਣੂਗੀ ਤੇ ਮਰਜਾਣੇ ਫਿਲਮ ਦਾ ਸ਼ੂਟ ਹੈ ਮੈਂ ਸੁਣਿਆ ਤੁਸੀਂ ਖਤਮ ਕਰ ਚੁੱਕੇ ਹੋ ਫਿਲਮ ਵੀ ਉਹ ਵੀ ਲਾਈਨ ਦੇ ਵਿੱਚ ਹੈ ਸਿੱਪੀ ਭਾਈ ਉਹ 'ਚ ਕੰਮ ਕਰ ਰਹੇ ਨੇ ਉਹਦੇ ਬਾਰੇ ਕੁਝ ਦੱਸਣਾ ਚਾਹੂੰਗਾ ਆਡੀਅੰਸ ਨੂੰ ਜਾਂਦੇ ਜਾਂਦੇ ਹਾਂਜੀ ਮਰ ਜਾਣੇ ਬਿਲਕੁਲ ਡਿਫਰੈਂਟ ਸਬਜੈਕਟ ਆ ਸਿੱਪੀ ਨੇ ਮੇਰੇ ਨਾਲ ਪਹਿਲੀ ਵਾਰੀ ਕੰਮ ਕੀਤਾ ਉੱਦਾਂ ਅਸੀਂ ਇੱਕੋ ਇਲਾਕੇ ਦੇ ਰਹਿਣ ਵਾਲੇ ਹਾਂ ਸਾਡਾ ਪਿੰਡ ਮੇਰਾ ਪਿੰਡ ਵੀ ਮੋਗੇ ਜ਼ਿਲ੍ਹੇ ਦੇ ਵਿੱਚ ਆ ਉਹਦਾ ਪਿੰਡ ਵੀ ਆ ਅਤੇ ਉਹ ਇੱਕ ਸਬਜੈਕਟ ਇਹੋ ਜਿਹਾ ਸੀ ਜਿਹਦੇ ਖਾਤਰ ਮੈਨੂੰ ਸਿੱਪੀ ਵਰਗੀ ਲੁੱਕ ਦਾ ਉਸ ਕਿਸਮ ਦੀ ਇਮੇਜ ਵਾਲਾ ਜਿਹੜਾ ਸੀਗਾ ਮੁੰਡਾ ਚਾਹੀਦਾ ਸੀ ਉਹ ਸਿੱਪੀ ਨੇ ਜਦੋਂ ਸੁਣੀ ਤਾਂ ਉਹ ਪਹਿਲਾਂ ਕਿਤੇ ਸੁਣੀ ਵੀ ਸੀ ਬਾਅਦ 'ਚ ਮੈਨੂੰ ਵਿਵੇਕ ਹੋਰੀ ਭਾਅ ਜੀ ਕਹਿੰਦੇ ਆਪਾਂ ਫਿਲਮ ਕਰਨੀ ਉਹਨਾਂ ਨੇ ਮੈਨੂੰ ਸਾਈਨ ਕਰ ਲਿਆ ਸੀ ਜੋਰਾ 10 ਨੰਬਰੀਆ ਤੋਂ ਬਾਅਦ ਅਤੇ ਉਹ ਸਿੱਪੀ ਕੋਲ ਗਏ ਮੇਰੇ ਨਾਲ ਨਹੀਂ ਸੀ ਗੱਲ ਹੋਈ ਅਤੇ ਉਹ ਸਿੱਪੀ ਕਹਿੰਦਾ ਮੈਂ ਫਿਲਮ ਤਾਂ ਕਰੂੰਗਾ ਪਰ ਅਮਰਦੀਪ ਬਾਈ ਵਾਲੀ ਕਰੂੰਗਾ ਤਾਂ ਅਸੀਂ ਇੱਦਾਂ ਜੁੜ ਗਏ ਜਦੋਂ ਮਰ ਜਾਣੇ ਆਊਗੀ ਤਾਂ ਲੋਕ ਬਹੁਤ ਉਹਨੂੰ ਪਸੰਦ ਕਰਨਗੇ ਕਿਉਂਕਿ ਬਹੁਤ ਇਮੋਸ਼ਨਲ ਕਹਾਣੀ ਹੈ ਮਾਂ ਦੀ ਪੁੱਤ ਦੀ ਦੋਸਤਾਂ ਦੀ ਪਿਆਰ ਮੁਹੱਬਤ ਦੀ ਇਮੋਸ਼ਨਲ ਕਹਾਣੀ ਹੈ ਥੈਂਕ ਯੂ ਸੋ ਮਚ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਇੱਕ ਵਾਰ ਫਿਰ ਤੋਂ ਵਧਾਈ ਨੇ ਤੁਹਾਨੂੰ ਜੋਰਾ 10 ਨੰਬਰ ਦੇ ਲਓ ਜੀ ਫਿਲਮ ਹੋ ਗਈ ਹੈ ਖਤਮ ਅਤੇ ਯਾਦਗਾਰ ਵਾਲਾ ਭਾਅ ਜੀ ਮੇਰੇ ਨਾਲ ਮੌਜੂਦ ਨੇ ਭਾਅ ਜੀ ਐਂਡ 'ਚ ਇਮੋਸ਼ਨਲ ਹੋ ਗਏ ਅਤੇ ਬਹੁਤ ਵਧੀਆ ਫਿਲਮ ਲੱਗੀ ਆਡੀਅੰਸ ਦਾ ਉਹ ਕੀ ਕਾਰਨ ਹੈ ਇਮੋਸ਼ਨਲ ਕਿਉਂ ਉਹ ਸਾਡਾ ਕੁਛ ਮੇਰਾ ਅਤੇ ਅਮਰਦੀਪ ਬਾਈ ਨਾਲ ਕਿਉਂਕਿ ਤਾਂ ਬੱਚੇ ਆ ਨਾ ਬਚਪਨ ਤੋਂ ਪਿਆਰ ਆ ਸਾਡਾ ਅਤੇ ਰਿਲੇਸ਼ਨ ਵੀ ਕੁਛ ਇੱਦਾਂ ਦਾ ਤਾਂ ਉਹਨਾਂ ਦੇ ਹੱਥਾਂ 'ਚ ਵੱਡੇ ਹੋਏ ਆ ਉਹ ਸਾਡੀ ਕੋਈ ਹੋਰ ਸਾਡੀ ਕੁਛ ਹੋਰ ਗੱਲਬਾਤ ਸੀਗੀ ਉਹ ਅਤੇ ਸਰ ਨੇ ਦੱਸਿਆ ਕਿ ਤੁਸੀਂ ਅਕਸਰ ਨੈਗੇਟਿਵ ਕਿਰਦਾਰ ਬਣਾਉਂਦੇ ਸੀ ਮੈਂ ਇਹਦੇ 'ਚ ਤੁਹਾਨੂੰ ਪੋਜ਼ਿਟਿਵ ਦੇਣਾ ਚਾਹੁੰਦਾ ਸੀਗਾ ਜੀ ਥਰਡ ਚੈਪਟਰ ਦੀ ਵੀ ਅਨਾਊਂਸਮੈਂਟ ਹੋ ਚੁੱਕੀ ਹੈ ਜੀ ਹੋ ਚੁੱਕੀ ਹੈ ਉਵੇਂ ਹੀ ਰੱਖੂਗਾ ਕਰੈਕਟਰ ਉਵੇਂ ਹੀ ਰਹੂਗਾ ਕਿ ਅੱਗੇ ਜਾ ਕੇ ਦੀਪਾ ਸਾਨੂੰ ਹੋਰ ਵੀ ਉੱਪਰ ਦੇਖੇਗਾ ਬਹੁਤ ਉੱਪਰ ਆ ਭਾਜੀ ਅੱਗੇ ਦੀਪਾ ਹੀ ਅੱਗੇ ਕਿਆ ਬਾਤ ਹੈ ਹਾਂਜੀ ਹਾਂਜੀ ਅਤੇ ਫਿਲਮ ਦਾ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਆਡੀਅੰਸ ਵੱਲੋਂ ਕਾਫੀ ਪਸੰਦ ਕਰ ਰਹੀ ਹੈ ਆਡੀਅੰਸ ਕਿਵੇਂ ਦਾ ਮਹਿਸੂਸ ਹੋ ਰਿਹਾ ਜਦੋਂ ਆਡੀਅੰਸ ਤੁਹਾਡੇ ਕੋਲ ਆ ਕੇ ਕਹਿੰਦੀ ਭਾਜੀ ਬਹੁਤ ਵਧੀਆ ਕਰੈਕਟਰ ਕੀਤਾ ਓਬਵੀਅਸਲੀ ਜਦੋਂ ਤੁਹਾਡਾ ਕੰਮ ਦੀ ਐਪਰੀਸ਼ੀਏਸ਼ਨ ਹੁੰਦੀ ਹੈ ਨਾ ਤੇ ਲੋਕ ਤੁਹਾਨੂੰ ਆ ਕੇ ਕਰਦੇ ਇਸ ਤਰ੍ਹਾਂ ਤਾਂ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਜੋ ਮਕਸਦ ਸੀਗਾ ਤੁਹਾਡਾ ਉਹਦੇ ਵਿੱਚ ਕਾਮਯਾਬ ਹੋਏ ਹੋ ਆਪਣੀ ਗੱਲ ਡਿਲੀਵਰ ਕਰਨ ਦੇ ਵਿੱਚ ਕਾਮਯਾਬ ਹੋਏ ਹੋ ਸੋ ਅੱਛਾ ਲੱਗਦਾ ਖੁਸ਼ੀ ਹੁੰਦੀ ਹੈ ਅਤੇ ਤੁਹਾਨੂੰ ਲੱਗਦਾ ਸਰ ਇਸ ਫਿਲਮ ਤੋਂ ਬਾਅਦ ਤੁਹਾਨੂੰ ਪੋਜ਼ਿਟਿਵ ਕਰੈਕਟਰ ਮਿਲਣੇ ਵੀ ਹੋਰ ਜ਼ਿਆਦਾ ਸ਼ੁਰੂ ਹੋ ਜਾਣਗੇ ਉਹ ਤਾਂ ਹੁਣ ਆਪਣਾ ਰੱਬ ਜਾਣਦਾ ਨਾ ਕਿਵੇਂ ਹੋਊਗਾ ਕੀ ਹੈ ਅਤੇ ਪਰ ਜੋ ਵੀ ਹੈ ਵੀ ਮਤਲਬ ਜ ਹੁਣ ਅਸਲੀ ਗੱਲ ਇਹ ਹੈ ਕਿ ਹੁਣ ਸਾਡਾ ਸਿਨੇਮਾ ਜਿਹੜਾ ਉਹ ਇੱਕ ਲੈਵਲ 'ਤੇ ਆ ਗਿਆ ਬਿਲਕੁਲ ਇਸ ਫਿਲਮ ਤੋਂ ਬਾਅਦ ਮਤਲਬ ਸਿਨੇਮਾ ਦਾ ਜਿਹੜਾ ਉਹ ਸੀ ਉਹ ਬਹੁਤ ਉੱਪਰ ਚੱਕਤਾ ਭਾਅ ਜੀ ਨੇ ਹੈ ਨਾ ਅਮਰਦੀਪ ਭਾਅ ਜੀ ਦੀ ਡਾਇਰੈਕਸ਼ਨ ਔਰ ਡਾਇਲੋਗਸ ਦੀ ਸੋਚ ਜੋ ਲਿਖੀ ਹੈ ਉਹਨਾਂ ਨੇ ਕਨਸੈਪਟ ਜਾਂ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਜੋ ਟੈਕਨੀਕ ਹੈ ਉਹ ਸਾਰਾ ਕੁਝ ਤੁਸੀਂ ਦੇਖਿਆ ਪੂਰਾ ਜਿਹੜਾ ਉਹ ਜਿਹੜੀ ਉਹ ਡਿਸ਼ ਹੈਗੀ ਸੀ ਉਹ ਮਤਲਬ ਕਮਾਲ ਅਤੇ ਮਤਲਬ ਹੁਣ ਲੋਕਾਂ ਵਾਸਤੇ ਇੱਕ ਅਸੀਂ ਇੱਕ ਚੈਲੰਜ ਦੇ ਦਿੱਤਾ ਕਿ ਹੁਣ ਤੁਹਾਨੂੰ ਅਗਰ ਤੁਸੀਂ ਇੱਦਾਂ ਦਾ ਸਿਨੇਮਾ ਕਰਨਾ ਤੁਹਾਨੂੰ ਉਸ ਲੈਵਲ 'ਤੇ ਆ ਕੇ ਕਰਨਾ ਪਊਗਾ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਸਰ ਪਰਸਨਲੀ ਕੁਐਸਚਨ ਤੁਹਾਨੂੰ ਕਿੱਦਾਂ ਦਾ ਕਰੈਕਟਰ ਪਸੰਦ ਆ ਪੋਜ਼ਿਟਿਵ ਜਾਂ ਨੈਗੇਟਿਵ ਦੇਖੋ ਐਕਟਰ ਦੇ ਲਈ ਨੈਗੇਟਿਵ ਪੋਜ਼ਿਟਿਵ ਕੁਛ ਨਹੀਂ ਹੁੰਦਾ ਠੀਕ ਹੈ ਕਿ ਨਹੀਂ ਗੱਲ ਇਹ ਹੈ ਕਿ ਤੁਸੀਂ ਕੰਮ ਕਿੱਦਾਂ ਦਾ ਕਰਦੇ ਹੋ ਠੀਕ ਹੈ ਕਿ ਨਹੀਂ ਮੇਰਾ ਕਈ ਮੈਂ ਇੱਦਾਂ ਦੀਆਂ ਫਿਲਮਾਂ ਜਿਹੜੀਆਂ ਸਕਸੈਸਫੁਲ ਨਹੀਂ ਹੋਈਆਂ ਬਟ ਫਿਰ ਵੀ ਮੇਰਾ ਕੰਮ ਐਪਰੀਸ਼ੀਏਟ ਹੋਇਆ ਅਤੇ ਜਾਂਦੇ ਜਾਂਦੇ ਆਡੀਅੰਸ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਗੇ ਫਿਲਮ ਦੇ ਰਿਗਾਰਡਿੰਗ ਅਤੇ ਅਪਕਮਿੰਗ ਪ੍ਰੋਜੈਕਟਸ ਕਿਹੜੇ ਨੇ ਲਾਈਨ ਦੇ ਵਿੱਚ ਮੈਸੇਜ ਤਾਂ ਮੈਂ ਕੀ ਦੇਣਾ ਮੈਂ ਖੈਰ ਆਪਣੇ ਆਪ ਨੂੰ ਇੰਨਾ ਕਾਬਿਲ ਨਹੀਂ ਸਮਝਦਾ ਕਿ ਮੈਂ ਕਿਸੇ ਨੂੰ ਕੁਛ ਮੈਸੇਜ ਦੇ ਸਕਾਂ ਬਟ ਹਾਂ ਇਹ ਮੈਸੇਜ ਜ਼ਰੂਰ ਹੈ ਕਿ ਅੱਛਾ ਸਿਨੇਮਾ ਦੇਖੋ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ ਤਾਂ ਕਿ ਅਸੀਂ ਅੱਗੇ ਤੋਂ ਹੋਰ ਵੀ ਅੱਛੀ ਅੱਛੀ ਫਿਲਮਾਂ ਲੈ ਕੇ ਆ ਸਕੀਏ ਨਾ ਅਗਰ ਸਾਨੂੰ ਸਾਡੀ ਆਡੀਅੰਸ ਫਿਲਮ ਦੇਖੂਗੀ ਸਾਡੇ ਜਿਹੜੇ ਅਸੀਂ ਮਿਹਨਤ ਕੀਤੀ ਆ ਉਹਦਾ ਸਾਨੂੰ ਵਾਪਸ ਮਿਲੂਗਾ ਹੈ ਨਾ ਪਿਆਰ ਪਬਲਿਕ ਦਾ ਅਤੇ ਸਾਰਾ ਕੁਛ ਅਸੀਂ ਤਾਂ ਹੀ ਅੱਗੇ ਕੰਮ ਕਰ ਸਕਦੇ ਤਾਂ ਹੀ ਅਸੀਂ ਨਵੇਂ ਨਵੇਂ ਐਕਸਪੈਰੀਮੈਂਟਸ ਕਰਾਂਗੇ ਔਰ ਪਬਲਿਕ ਨੂੰ ਐਂਟਰਟੇਨ ਕਰਾਂਗੇ ਨਾਲ ਨਾਲ ਐਜੂਕੇਟ ਵੀ ਕਰਾਂਗੇ ਵਧੀਆ ਗੱਲ ਕਰਾਂਗੇ ਅਤੇ ਕੁਛ ਨਾ ਕੁਛ ਨਵਾਂ ਦੇਵਾਂਗੇ ਅਤੇ ਅਗਲੇ ਪ੍ਰੋਜੈਕਟ ਸਰ ਕਿਹੜੇ ਨੇ ਲਾਈਨ ਦੇ ਵਿੱਚ ਅੱਗੇ ਇੱਕ ਹੋਰ ਫਿਲਮ ਮੇਰੀ ਰੈਡੀ ਹੈ ਜ਼ਿੰਦਗੀ ਜ਼ਿੰਦਾਬਾਦ ਉਹ ਬਹੁਤ ਕਮਾਲ ਦੀ ਫਿਲਮ ਹੈ ਉਹਦੇ ਡਾਇਰੈਕਟਰ ਸਾਡੇ ਪ੍ਰੇਮ ਸਿੰਘ ਸਿੱਧੂ ਨੇ ਅਤੇ ਹਿੰਦੀ ਦੇ ਪ੍ਰੋਜੈਕਟ ਨੇ ਇੱਕ ਦੋ ਅਤੇ ਪੰਜਾਬੀ ਦੇ ਹੁਣ ਮੈਂ ਸ਼ੂਟ ਕਰ ਰਿਹਾ ਇੱਕ ਦੋ ਡਿਫਾਲਟਰ ਸ਼ੂਟ ਕਰ ਰਿਹਾ ਅਤੇ ਉਸ ਤੋਂ ਬਾਅਦ ਇੱਕ ਹੋਰ ਹੈਗੇ ਨੇ ਇੱਕ ਦੋ ਪ੍ਰੋਜੈਕਟ ਉਹ ਉਦੋਂ ਬਾਅਦ ਕਰਨਾ ਸ਼ੂਟ ਮੈਂ ਮਤਲਬ ਇਸ ਸਾਲ ਪੂਰੇ ਧਮਾਕੇ ਪਾਉਣ ਵਾਲਾ ਯਾਦਗਾਰ ਜੀ ਹਾਂ ਆਪਾਂ ਕਰੀ ਜਾ ਰਹੇ ਹਾਂ ਉਸ ਕੰਮ ਜਿਵੇਂ ਜਿਵੇਂ ਆਈ ਜਾਂਦਾ ਬਸ ਦੱਬੀ ਉਹਨੇ ਕਿੱਲੀ ਥੈਂਕ ਯੂ ਸੋ ਮਚ ਸਰ ਬਹੁਤ ਵਧੀਆ ਤੁਹਾਡਾ ਗੱਲ ਕਰੀ ਥੈਂਕ ਯੂ ਸਰ ਥੈਂਕ ਯੂ